ਉਹਨਾਂ ਨੂੰ ਵੀ ਬੇਰੁਜ਼ਗਾਰ ਨਹੀਂ ਹੋ ਗਿਆ ਕਿ ਉਹ ਵੀ ਸਾਡੇ ਪੰਜਾਬ ਦੇ ਬੱਚੇ ਨੇ। ਅਸੀਂ ਕਿਸੇ ਨੂੰ ਵੀ ਸੀਐਮ ਸਾਹਿਬ ਚਾਹੁੰਦੇ ਨੇ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਸਾਰਿਆਂ ਨੂੰ ਰੁਜ਼ਗਾਰ ਮਿਲੇ। ਸੋ ਉਹਨਾਂ ਨੂੰ ਵੀ ਅਸੀਂ ਫੈਸਲਾ ਕਰ ਲਿਆ ਵੀ ਕੁਝ ਪੈਸੇ ਭੇਜ ਦਿੱਤੇ ਨੇ, ਅਸੀਂ ਇੱਧਰ ਉੱਧਰ ਨਹੀਂ ਹੋਣਾ। ਜਿਸ ਤਰ੍ਹਾਂ ਸਾਰੇ ਵਾਅਦੇ ਪੂਰੇ ਕਰਨੇ ਨੇ, ਆਹ ਵੇਖੋ ਅਸੀਂ ਹੁਣ ਕੱਢ ਲਏ ਕੋਈ ਪੰਜਾਬ ਨੂੰ ਬਰਡਨ ਸਾਰਾ ਪੈਣਾ, ਹੋਰ 2.5 ਸਾਲਾਂ ਬਾਅਦ ਮੀਟਿੰਗ ਹੋਈ ਆ, ਬਸ ਸਭ ਠੀਕ ਆ, ਕੋਈ ਇਹੋ ਜਿਹੀ ਗੱਲ ਨੀ, ਬੜੀ ਸ਼ਾਂਤ ਢੰਗ ਨਾਲ ਮੀਟਿੰਗ ਹੋਈ ਆ, ਤੁਹਾਡੇ ਸਾਹਮਣੇ ਹੀ ਤੁਸੀਂ ਵੇਖਿਆ ਗੱਲ ਨੀ। ਸੋ ਇਹਨਾਂ ਨਾਲ ਜਦੋਂ ਇਹਨਾਂ ਦਾ ਉਸ ਵੇਲੇ ਇਹਨਾਂ ਨੂੰ ਕਿਹਾ ਸੀ ਸੀਐਮ ਸਾਹਿਬ ਨਾਲ, ਕਹਿੰਦੇ ਸੀ ਮੀਟਿੰਗ ਕਰਾਉਣ ਬਾਰੇ। ਸੋ ਸੀਐਮ ਸਾਹਿਬ ਠੀਕ ਨਹੀਂ ਹੋਸਪਿਟਲ ਚ ਨੇ, ਜਦੋਂ ਸੀਐਮ ਸਾਹਿਬ ਠੀਕ ਹੁੰਦੇ ਨੇ ਇਹਨਾਂ ਦੀ ਮੀਟਿੰਗ ਕਰਾ ਦਿੱਤੀ ਜਾਏਗੀ। ਦੇਖੋ ਜਿਹੜੀਆਂ ਸੈਲਰੀਆਂ ਜਿਹੜੇ ਧਰਨੇ ਦੇ ਬੈਠੇ ਸੀਗੇ ਜਿਹੜਾ ਸੀ ਸੈਂਟਰ ਵੱਲੋਂ ਪੈਸੇ ਆਉਂਦੇ ਸੀਗੇ, ਦੇਤਾ ਹੁਣ ਸੈਂਟਰ ਵਾਲੇ ਆਂਦੇ ਜੀ 9,000 ਅਸੀਂ ਦਿਆਂਗੇ। ਇਹ ਸਾਰੀਆਂ ਜਿਹੜੀਆਂ ਸਕੀਮਾਂ ਸੀਗੀਆਂ ਇਹ ਸਾਰੀਆਂ ਸੈਂਟਰ ਉਸ ਵੇਲੇ, ਸੋ ਇਸ ਕਰਕੇ 450 ਕਰੋੜ ਰੁਪਇਆ ਵੰਡਣੇ ਆ, ਉਹ ਸਰਕਾਰ ਵੰਡਣ ਨਾ ਕਿੱਥੋਂ ਬੇਰ ਕਰੇਗੀ। ਇਸ ਕਰਕੇ ਉਹਨਾਂ ਨੂੰ ਸਮਝਾਇਆ ਵੀ ਤੁਸੀਂ 15,300 ਦੇ 5,000 ਦੇ ਕਰੀਬ ਤੇ ਜਿਹੜੇ ਟੀਚਰ ਨੇ ਸੈਟੀਆਂ ਲਈ ਜੁਆਇਨ ਕਰਕੇ ਆ ਜੀ, ਉਹ ਤੇ ਆਪਣਾ ਕੰਮ ਨਾ ਚਾਲੂ ਕਰਤਾ, ਉਹ ਤੇ ਹੁਣ ਬਣ ਗਏ ਸਾਡੇ ਇੰਪਲਾਈ ਪੰਜਾਬ ਸਿੱਖਿਆ ਵਿਭਾਗ ਦੇ। ਸੋ ਉਹਨਾਂ ਨੂੰ ਤਾਂ ਸੈਲਰੀ ਹੁਣ ਪੰਜਾਬ ਸਰਕਾਰ ਨੇ ਦੇਣੀ ਆ 15,300 ਦੇ ਹਿਸਾਬ ਨਾਲ, ਅਸੀਂ ਉਹਨਾਂ ਨੂੰ ਦੇਣੀ ਆ ਜੀ। ਅੱਜ ਵੀ ਸਾਡੀ ਮੀਟਿੰਗ ਮੇਰੀ FM ਸਾਹਿਬ ਨਾਲ ਮੀਟਿੰਗ ਹੋਈ ਹੈ, ਜਿਹਦੇ 'ਚ FM ਸਾਹਿਬ, ਮੈਂ, ਫਾਈਨਾਂਸ ਸੈਕਟਰੀ, ਸਾਡੇ ਸੈਕਟਰੀ ਐਜੂਕੇਸ਼ਨ ਦੇ। ਸੋ ਅੱਜ ਵੀ ਮੀਟਿੰਗ ਕਰਕੇ ਆਏ ਹਾਂ ਪਹਿਲਾਂ। ਸੋ ਉਹਦੇ 'ਚ ਇਹਨਾਂ ਨੂੰ ਤਨਖਾਹ ਮਿਲ ਰਹੀ ਹੈ, ਉਹਨਾਂ ਨੂੰ ਅਸੀਂ ਦੇ ਰਹੇ ਹਾਂ ਤਨਖਾਹ 15,300 ਵਾਲੇ ਨੂੰ। ਮੈਂ ਯੂਨੀਅਨ ਵਾਲਿਆਂ ਨੂੰ ਕਿਹਾ ਵੀ ਸਾਰਿਆਂ ਨੂੰ ਜੁਆਇਨ ਕਰਾਓ, ਸਾਰੇ ਜੁਆਇਨ ਕਰ ਲੈਣ, ਇੰਪਲਾਈ ਬਣ ਜਾਣ ਪੰਜਾਬ ਸਰਕਾਰ ਦੇ। ਪੰਜਾਬ ਸਰਕਾਰ, ਕੈਪਟਨ ਸਾਹਿਬ ਦੀ ਇਹ ਸੋਚ ਆ ਵੀ ਕੰਟਰੈਕਟ ਬੇਸ 'ਤੇ, ਜੇ ਹੁਣ ਸੈਂਟਰ ਭਾਰਤ ਚੁੱਕ ਲੇਗੀ ਫਿਰ ਕਈ ਵਾਰ ਛੁੱਟੀ ਵੀ ਹੋ ਸਕਦੀ ਹੈ, ਕੰਟੈਕਟ ਬੇਸ 'ਤੇ ਕੋਈ ਪੱਕੀ ਭਰਤੀ ਨਹੀਂ। ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇਹਨਾਂ ਦਾ ਰੁਜ਼ਗਾਰ ਖੋਈਏ, ਸੈਂਟਰ ਨੂੰ ਭਾਵੇਂ ਭਾਰਤ ਸਹਿਣਾ ਪਵੇ 15,300 ਤੋਂ ਬਾਅਦ ਇਹਨਾਂ ਨੂੰ 2.5 ਸਾਲਾਂ ਬਾਅਦ ਫੁੱਲ ਸੈਲਰੀ ਮਿਲਣੀ ਆ। ਉਹ ਕੈਪਟਨ ਸਾਹਿਬ ਦੀ, ਸਾਡੇ CM ਸਾਹਿਬ ਦੀ ਇਹ ਸੋਚ ਆ ਵੀ ਇਹ ਬੇਰੁਜ਼ਗਾਰ ਨਾ ਆਉਣੇ। ਇੱਕ ਬੰਨੇ 'ਤੇ ਅਸੀਂ ਲੋਕਾਂ ਨੂੰ ਰੁਜ਼ਗਾਰ ਨੌਜਵਾਨਾਂ ਨੂੰ ਦੇ ਰਹੇ ਹਾਂ, ਦੂਜੇ ਬੰਨੇ ਅਸੀਂ ਬੇਰੁਜ਼ਗਾਰ ਨਹੀਂ ਕਿਸੇ ਨੂੰ, ਜਿੱਥੋਂ ਮਰਜ਼ੀ ਸਾਨੂੰ ਅਰੇਂਜ ਕਰਨਾ, ਅਸੀਂ ਇਹਨਾਂ ਨੂੰ ਆਪਣੇ ਇੰਪਲਾਈ ਸਾਰਿਆਂ ਨੂੰ ਬੁਲਾ ਲੈਣਾ ਜਿਹੜੇ ਸਾਡੀਆਂ ਸੈਟੀਆਂ ਦੇ ਕੰਟੈਕਟ ਬੇਸ 'ਤੇ ਟੀਚਰ ਸਨ 88,000 ਦੇ ਕਰੀਬ। ਸੋ ਸਰਕਾਰ ਤਾਂ ਇਹਨਾਂ ਵਾਸਤੇ ਬਹੁਤ ਸੋਚ ਰਹੀ ਆ, ਅਸੀਂ ਸਾਰੇ ਸੋਚ ਰਹੇ, ਕੈਪਟਨ ਸਾਹਿਬ ਸੋਚ ਰਹੇ, ਇਸੇ ਕਰਕੇ ਕੈਬਨਿਟ 'ਚ ਡਿਸੀਜਨ ਲਿਆ, ਰੈਗੂਲਰ ਕਰ ਲਓ, ਪੱਕਿਆ ਕਰ ਲਓ, ਇਹਨਾਂ ਨੂੰ 15,300 ਦੇ ਕਰ ਲਓ, 10,300 ਰੁਪਈਆ ਸਰਕਾਰੀ ਆ, 5,000 ਤਾਂ ਇਹਨਾਂ ਨੂੰ ਵੈਸੇ ਲਾਉਂਸ ਦੇ ਦਿੱਤਾ ਵੀ ਪੁਰਾਣੇ ਚਲੋ ਕੰਮ ਕਰਦੇ ਸੀ। ਸਰਕਾਰ ਨੇ ਬਹੁਤ ਵਧੀਆ ਇਤਿਹਾਸਕ ਫੈਸਲਾ ਕੀਤਾ ਸੀ, ਇਹਨਾਂ ਜਿਹੜੇ ਸਮਝਦੇ ਨੇ ਟੀਚਰ ਸਮਾਨ, ਜਿਹਨਾਂ ਨੂੰ ਪਤਾ ਵੀ ਅਸੀਂ ਹੁਣ ਇੰਪਲਾਈ ਬਣ ਗਏ, ਸਾਨੂੰ ਕੋਈ ਖਤਰਾ ਨਹੀਂ, ਸਾਡੀ ਲਾਈਫ ਹੁਣ ਸਕੋਰ ਆ, ਸਾਨੂੰ ਕੋਈ ਕਿਸ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣੀ, ਉਹਨਾਂ ਦੇ ਜੁਆਇਨ ਕਰ ਲਿਆ। ਕੁਝ ਜਿਹੜੇ ਰਹਿ ਗਏ ਨੇ ਜਿਹਨਾਂ ਜੁਆਇਨ ਨਹੀਂ ਕੀਤਾ, ਉਹ ਵੀ ਹੁਣ ਇੰਟਰਸਟਡ ਨੇ ਵੀ ਅਸੀਂ ਜਲਦੀ ਜੁਆਇਨ ਕਰ ਲਈਏ। ਸੋ ਸਾਡਾ ਪੋਰਟਲ ਜਿਹੜਾ ਬੰਦ ਕਰਤਾ ਸੀਗਾ ਅਸੀਂ 30 ਨੂੰ ਪਿੱਛੇ, ਉਹ ਅਸੀਂ ਸੋਚ ਰਹੇ ਵੀ ਉਹਨੂੰ ਖੋਲ੍ਹ ਦਈਏ ਅਤੇ ਸਾਰੇ ਜੁਆਇਨ ਕਰ ਲੈਣ, ਆ ਜਾਣ 15,300 ਦੇ, ਉਹਨਾਂ ਨੂੰ ਪੈਸੇ ਅਸੀਂ ਪੰਜਾਬ ਸਰਕਾਰ ਦਏਗੀ, ਭਾਵੇਂ ਜਿੱਥੋਂ ਮਰਜ਼ੀ ਦਈਏ,
ਉਹ ਸਾਡੀ ਇਹਨਾਂ ਨਾਲ ਵਾਅਦਾ ਜਿਹੜਾ ਸੀ ਕੈਪਟਨ ਸਾਹਿਬ ਨੇ ਕੀਤਾ ਉਹ ਅਸੀਂ ਪੂਰਾ ਕਰਨਗੇ ਜੀ। ਦੇਖੋ ਦੇਖੋ ਉਹਨਾਂ ਦਾ ਇਹ ਆ ਵੀ ਇੱਕ ਵਾਰ ਸਾਨੂੰ ਸੀ ਐਮ ਸਾਹਿਬ ਮਿਲ ਲੈਣ, ਅਸੀਂ ਰਿਕੁਐਸਟ ਕਰ ਲਈਏ ਵੀ ਹੋਰ ਥੋੜ੍ਹੀ ਬਹੁਤੀ ਵੱਧ ਜਾਵੇ, ਪਰ ਉਹ ਹੋਣਾ ਨਹੀਂ। ਜਿਹੜਾ ਕੈਬਨਿਟ 'ਚ ਇੱਕ ਵਾਰ ਡਿਸੀਜਨ ਹੋ ਜਾਂਦਾ ਦੁਬਾਰਾ ਉਹ ਡਿਸੀਜਨ, ਤੁਹਾਨੂੰ ਪਤਾ ਮੈਂ ਕਿ ਉੱਧਰ ਜਿੱਦਣ ਪਟਿਆਲੇ ਗਿਆ ਸੀ ਉੱਧਰ ਹੀ ਮੈਂ ਕਿਹਾ ਸੀ ਵੀ ਉਹ ਡਿਸੀਜਨ ਚੇਂਜ ਕਰਨਾ ਜਿਹੜਾ ਹੁੰਦਾ ਨਹੀਂ, ਡਿਸੀਜਨ ਚੇਂਜ ਜਿਹੜਾ ਇੱਕ ਵਾਰ ਕੈਬਨਿਟ 'ਚ ਫੈਸਲਾ ਹੋ ਜਾਵੇ। ਇਹ ਚਾਹੁੰਦੇ ਨੇ ਵੀ ਇੱਕ ਵਾਰ ਰਿਕੁਐਸਟ ਸੀ ਐਮ ਸਾਹਿਬ ਨੂੰ ਕਰ ਲਈਏ। ਸੋ ਮੈਂ ਸਮਝਦਾ ਵੀ ਇਹਨਾਂ ਨੂੰ ਜੈਨ ਕਰ ਲੈਣਾ ਚਾਹੀਦਾ, ਆਪਣੀ ਸੈਲਰੀ ਜਿਹੜੀ ਸਰਕਾਰ ਵੱਲੋਂ ਹਰ ਮਹੀਨੇ ਲੈਣੀ ਚਾਹੀਦੀ ਆ। ਹੁਣ ਵੇਖੋ 8-8 ਮਹੀਨੇ ਹੋਏ ਨੇ ਸੈਂਟਰ ਵੱਲੋਂ ਪੈਸੇ ਨਹੀਂ ਆਏ, ਸੈਲਰੀ ਨਹੀਂ ਮਿਲੀ, ਜਿੰਨਾ ਪੜ੍ਹਾਉਣਾ ਉਹਨਾਂ ਨੂੰ, ਬੱਚਿਆਂ ਨੂੰ ਪੈਸੇ ਦੀ ਵੀ ਲੋੜ ਹੈ। ਸੋ ਜੇ ਇਹ ਪੰਜਾਬ ਸਰਕਾਰ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਇੰਪਲਾਈ ਪੱਕੇ ਬਣ ਜਾਣਗੇ ਫਿਰ ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ। 2.5 ਸਾਲਾਂ ਬਾਅਦ ਇਹਨਾਂ ਨੂੰ ਫੁੱਲ ਸਕੇਲ ਸਾਰਾ ਕੁਝ ਮਿਲਣਾ, ਇਹ ਪੱਕੇ ਇੰਪਲਾਈ ਬਣ ਗਏ, ਫਿਰ ਇਹਨਾਂ ਦੀਆਂ ਸੈਲਰੀਆਂ ਕਿੱਥੇ ਚੱਲ ਜਾਣੀਆਂ? ਫਿਰ 40,000 ਕਹਿੰਦੇ ਨੇ ਇਹਨਾਂ ਨੂੰ, 50-60 ਹਜ਼ਾਰ ਰੁਪਈਏ ਦੇ ਨਾਲ ਚੱਲ ਜਾਣਾ। ਸੋ ਇਸ ਕਰਕੇ ਮੈਂ ਵੀ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਇਹੋ ਜਿਹਾ ਕੋਈ ਖਾਸ ਇਸ਼ੂ ਨਹੀਂ, ਸਾਰੇ ਜੈਨ ਕਰਨਗੇ। ਮੀਟਿੰਗ ਹੁਣ ਸੀ ਐਮ ਸਾਹਿਬ 'ਤੇ ਡਿਪੈਂਡ ਕਰਦਾ ਜੀ ਕਦੋਂ ਡੇਟ ਦਿੰਦੇ ਨੇ। ਪਹਿਲਾਂ ਤਾਂ ਉਹ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰੇ। ਸੋ ਜਿਸ ਦਿਨ ਉਹ ਘਰ ਆ ਜਾਣਗੇ ਉਦੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਜਾ ਕੇ ਮੈਂ ਰਿਕੁਐਸਟ ਕਰੂੰਗਾ, ਇਹਨਾਂ ਨੂੰ ਜ਼ਰੂਰ ਮੀਟਿੰਗ ਇਹਨਾਂ ਦੀ ਕਰਾਵਾਂਗੇ। ਸੋ ਇਹ ਰਿਕੁਐਸਟ ਕਰ ਲੈਣਗੇ, ਪਰ ਮੈਂ ਇਹਨਾਂ ਨੂੰ ਸਮਝਾ ਤਾ ਵੀ ਹੋਣਾ ਇਹੋ ਹੀ ਆ 15,300 'ਤੇ, ਕਿਉਂਕਿ ਮੈਂ ਕਦੀ ਗੱਲ ਲਿਖਾਈ ਨਹੀਂ। ਮੈਂ ਇਹਨੂੰ ਪੁੱਛ ਲਓ, ਉੱਧਰ ਵੀ ਕਹਿ ਦਿੱਤਾ ਸੀ ਜਦੋਂ ਪਟਿਆਲੇ ਗਿਆ ਸੀ, ਉਸ ਤੋਂ ਪਹਿਲਾਂ ਮੀਟਿੰਗ ਹੋਈ ਸੀ, ਉਹਨਾਂ ਨੇ ਉੱਥੇ ਵੀ ਕਹਿ ਦਿੱਤਾ ਸੀ ਵੀ ਕੋਈ ਗਰੰਟੀ ਨਹੀਂ। ਜੇ 5,000 ਇੰਪਲਾਈ ਜਿਹੜਾ ਉਹ ਬਣ ਗਿਆ, ਜੈਨ ਕਰ ਗਿਆ, ਫਿਰ 2 ਰੂਲ ਤਾਂ ਨਹੀਂ ਨਾ ਬਣਨੇ, ਇੱਕੋ ਰੂਲ ਬਣੇਗਾ ਨਾ। ਸੋ ਇਸ ਕਰਕੇ ਹੁਣ ਕਾਫੀ ਟੀਚਰ ਆ ਰਹੇ ਜਿਹੜੇ ਕਹਿ ਰਹੇ ਜੀ ਜਾਣ ਕਰਵਾਓ ਸਾਨੂੰ। ਮੈਂ ਅੱਜ ਹੀ ਇਹਦੀ ਮੀਟਿੰਗ ਅਫਸਰਾਂ ਨੂੰ ਕੱਲ੍ਹ ਬੁਲਾਉਣਾ, ਕੱਲ੍ਹ ਹੀ ਉਹਨਾਂ ਨਾਲ ਗੱਲ ਕਰਕੇ ਖੋਲ੍ਹ ਦਿਆਂਗੇ, ਜਲਦੀ ਖੋਲ ਦਿਆਂਗੇ, ਸਾਰੇ ਜਿੰਨਾ ਜਾਣ ਕਰਨਾ ਕਰ ਜਾਣਗੇ ਜੀ। ਮੈਨੂੰ ਮੇਰਾ ਤਕਰੀਬਨ ਸਾਰੇ ਕਰ ਲੈਣਾ ਜੀ। ਦੇਖੋ ਉਹਨਾਂ ਦੇ ਭਲੇ ਵਾਸਤੇ ਆ, ਉਹਨਾਂ ਦੇ ਫਿਊਚਰ ਵਾਸਤੇ ਆ, ਉਹਨਾਂ ਦੀ ਬਿਹਤਰੀ ਵਾਸਤੇ ਆ, ਕੋਈ ਉਹਨਾਂ ਦਾ ਨੁਕਸਾਨ ਨਹੀਂ। ਉਹਨਾਂ ਨੂੰ ਤਾਂ ਅਸੀਂ ਹੁਣ ਪੱਕੇ ਇੰਪਲਾਈ ਸਰਕਾਰ ਦੇ ਬਣਾ ਲਿਆ, ਆਪਣੇ ਡਿਪਾਰਟਮੈਂਟ ਦੇ ਬਣਾ ਲਿਆ, ਵੀ ਇਹ ਬੇਰੁਜ਼ਗਾਰ ਨਾ ਹੋਣ। ਨਹੀਂ ਸੈਟਿਸਫਾਈ, ਵੇਖੋ ਜਿਹੜੇ ਤੁਸੀਂ, ਇੱਕ ਮੈਂ ਉਦਾਹਰਨ ਦਿੰਦਾ, ਜਦੋਂ ਅਸੀਂ ਕਿਹਾ ਵੀ ਨਹੀਂ ਸੀ, ਉਸ ਵੇਲੇ ਅਸੀਂ ਭਰਤੀ ਨਵੇਂ ਟੀਚਰਾਂ ਦੀ ਕੀਤੀ ਆ, ਜਿਹੜਾ ਪਿੱਛੇ 3,500 ਟੀਚਰ ਰੱਖਿਆ ਆਪਣੇ ਆਪ, ਇਹਨਾਂ 'ਚੋਂ ਜਿਹੜੇ ਸੋਚਦੇ ਸੀ ਵੀ ਸਾਡਾ ਭਵਿੱਖ ਸੇਫ ਨਹੀਂ, ਉਹਨਾਂ ਟੀਚਰਾਂ ਨੇ ਜਿਹੜੇ ਉੱਥੇ ਕੰਟੈਕਟ ਬੇਸ 'ਤੇ ਸੀ, ਉਹਨਾਂ 'ਚੋਂ ਇਹ ਸਾਡੇ ਕੋਲ 14,000 ਦੇ ਕਰੀਬ ਇੰਪਲਾਈ ਸਨ ਜਿਹੜੇ ਕੰਟੈਕਟ ਬੇਸ 'ਤੇ ਸੀ। ਉਹ ਜੇ ਆਪ ਛੱਡ ਕੇ 10,300 ਦੇ ਭਰਤੀ ਹੋਏ ਨੇ, ਜਿਹੜੇ ਬਾਰਡਰ 'ਤੇ ਗਏ ਨੇ ਪੜ੍ਹਾਉਣ ਵਾਸਤੇ, ਹੁਣ ਤਾਂ ਅਸੀਂ 15,000 ਦੇ ਰਹੇ ਹਾਂ। ਉਹ ਇਹਨਾਂ 'ਚੋਂ ਛੱਡ ਕੇ 10,300 ਦੇ ਭਰਤੀ ਹੋਏ ਨੇ, 800 ਦੇ ਕਰੀਬ ਟੀਚਰ ਬਣੇ ਨੇ, ਆਪਣੇ ਆਪ ਬਣੇ ਨੇ ਵੀ ਸਾਡਾ ਉੱਥੇ ਭਵਿੱਖ ਸੇਫ ਹੋ ਜਾਵੇ, ਅਸੀਂ ਪੱਕੇ ਟੀਚਰ ਬਣ ਜਾਵਾਂਗੇ, ਇੰਪਲਾਈ ਬਣ ਜਾਵਾਂਗੇ। ਉਹਨਾਂ ਨੂੰ ਤਾਂ ਅਸੀਂ ਕੰਪੈਲ ਨਹੀਂ ਕੀਤਾ, ਸੋ ਇਸ ਕਰਕੇ ਇਹਨਾਂ ਨੂੰ ਅਸੀਂ ਕੰਪੈਲ ਨਹੀਂ ਕੀਤਾ, ਇਹਨਾਂ ਦੇ ਕਹਿਣ 'ਤੇ ਸਭ ਕੁਝ ਕੀਤਾ। ਹੁਣ ਦੇਖੋ ਤੁਸੀਂ ਕੰਟੈਕਟ ਬੇਸ 'ਤੇ ਤੁਸੀਂ ਕੰਮ ਕਰ ਰਹੇ ਹੋ, ਅਤੇ ਜਿੰਨਾ ਰੱਖਿਆ ਉਹਨਾਂ ਨੂੰ ਤਾਂ ਜਿੰਨਾ ਚਿਰ ਲੋੜ ਹੈ ਉਹਨਾਂ 'ਚ ਨਹੀਂ ਰੱਖਿਆ ਨਾ, ਮਗਰੋਂ ਤੋਂ ਤੁਸੀਂ ਫ੍ਰੀ ਹੋ ਜਾਣਾ ਉੱਥੇ। ਸੋ ਇਸ ਕਰਕੇ ਇਹ ਕਦੋਂ ਵੀ ਫ੍ਰੀ ਹੋ ਸਕਦੇ ਸਨ। ਇਹਦੇ ਕੈਪਟਨ ਸਾਹਿਬ ਦਾ ਥੈਂਕਸ ਕਰਨ, ਸਾਰੀ ਕੈਬਨਿਟ ਦਾ ਥੈਂਕਸ ਕਰਨ, ਜਿਨ੍ਹਾਂ ਨੇ ਇਹਨਾਂ ਵਾਸਤੇ ਸੋਚਿਆ ਕਿ ਸਾਡੇ ਪੰਜਾਬ ਦੇ ਸਾਡੇ ਹੀ ਭਰਾ ਭਾਈ ਨੇ, ਅਸੀਂ ਇਹਨਾਂ ਨੂੰ ਰੁਜ਼ਗਾਰ ਦੇਣਾ। ਸੋ ਇਹਨਾਂ ਦੀਆਂ ਸੈਲਰੀਜ ਫਿਰ ਜੋ ਰੂਲ ਦੇ ਮੁਤਾਬਕ ਇਹਨਾਂ ਨੂੰ ਕੀਤਾ, ਇਦੋਂ ਅਸੀਂ ਇਹਨਾਂ ਵਾਸਤੇ ਨਵਾਂ ਸਰਕਾਰ ਦਾ ਰੂਲ ਤਾਂ ਮੰਨਣਾ ਨਹੀਂ ਸੀ, ਜੋ ਰੂਲ ਸਰਕਾਰ ਦਾ ਸੀਗਾ ਇੰਪਲਾਈ ਵਾਸਤੇ 10,300 ਦਾ, ਅਸੀਂ ਸਗੋਂ ਇਹਨਾਂ ਨੂੰ ਦੇਖੋ ਪਹਿਲਾ ਫੈਸਲਾ ਜਿਹੜਾ 5,000 ਨਾਲ ਦਿੱਤਾ ਇਹਨਾਂ ਨੂੰ। ਸੋ ਕੰਟੈਕਟ ਬੇਸ 'ਤੇ ਸਾਰੇ ਡਿਪਾਰਟਮੈਂਟਾਂ ਦੇ 40-50,000 ਸਾਡੇ ਕੋਲ ਪੰਜਾਬ ਸਰਕਾਰ ਦੇ ਕੰਟੈਕਟ ਬੇਸ 'ਤੇ ਇੰਪਲਾਈ ਨੇ। ਸੋ ਜਦੋਂ ਮਰਜ਼ੀ ਕੱਢ ਲਓ, ਜਦੋਂ ਮਰਜ਼ੀ ਰੱਖ ਲਓ ਕੰਟੈਕਟ ਬੇਸ 'ਤੇ। ਸੋ ਇਸ ਕਰਕੇ ਇਹਨਾਂ ਦਾ ਤਾਂ ਬਹੁਤ ਵਧੀਆ ਸੋਚਿਆ ਵੀ ਇਹਨਾਂ ਨੂੰ ਪੱਕੇ ਇੰਪਲਾਈ ਬਣਾ ਲਿਆ ਸਰਕਾਰ ਦੇ, ਜੋ ਸਰਕਾਰ ਦੇ ਰੂਲ ਸੀ ਉਹਨਾਂ ਦੇ ਮੁਤਾਬਕ ਬਣਾ ਲਿਆ। ਚਲੋ ਇਹਨਾਂ ਦੀ ਆਪਣੀ ਸੋਚ ਹੋਏਗੀ, ਵੇਖੋ ਉਹ ਵੀ ਕੰਮ ਕਰ ਰਹੇ ਨੇ, ਠੀਕ ਕੰਮ ਕਰ ਰਹੇ ਨੇ, ਮੈਂ ਵੀ ਬੈਠਾ, ਕੋਈ ਗੱਲ ਨਹੀਂ। ਮੈਂ ਕੰਮ ਤਾਂ ਸਰਕਾਰ ਨੇ ਵੇਖਣਾ, ਕੰਮ ਤਾਂ ਅਸੀਂ ਵੇਖਣਾ, ਬਿਊਰੋਕਰੇਸੀ ਜਿਹੜੀ ਆ ਉਹ ਤਾਂ ਵੇਖੋ ਐਗਜੈਕਟਿਵ ਸਾਰਾ ਉਹਨਾਂ ਵੇਖਣਾ ਜੀ। ਸੋ ਇਸ ਕਰਕੇ ਉਹਨਾਂ ਆਪਣਾ ਕੰਮ ਕਰਨਾ, ਜੇ ਕੋਈ ਇਹਨਾਂ ਨੂੰ ਮੁਸ਼ਕਿਲ ਆ ਤਾਂ ਮੈਨੂੰ ਦੱਸ ਦੇਣ, ਮੈਂ ਸੁਣਨਾ ਇਹਨਾਂ ਨੂੰ, ਅੱਜ ਵੀ ਮੀਟਿੰਗ ਕੀਤੀ ਆ। ਸੋਹਿਬ ਜੀ ਗੱਲ ਕੋਈ ਨਹੀਂ ਵੀ ਉਹ ਤੰਗ ਕਰਦੇ ਨੇ, ਤੰਗ ਕਰਨ ਵਾਲੀ ਕੋਈ ਗੱਲ ਨਹੀਂ, ਫਿਰ ਮਾੜਾ ਮੋਟਾ ਥੋੜ੍ਹਾ ਬਹੁਤਾ ਤਾਂ ਕਰਨਾ ਪੈਂਦਾ ਜੀ। ਜੇ ਅਸੀਂ
ਸਰਕਾਰਾਂ ਚਲਾਉਣੀਆਂ ਨੇ, ਅਸੀਂ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣੀ, ਅਸੀਂ ਆਪਣੇ ਸਕੂਲ ਚਲਾਉਣੇ ਨੇ, ਫਿਰ ਥੋੜ੍ਹੀ ਬਹੁਤੀ ਨਰਮੀ ਦੇ ਨਾਲ ਨਾਲ ਥੋੜ੍ਹੀ ਜਿਹੀ ਸਖਤੀ ਵੀ ਚਾਹੀਦੀ ਹੈ ਜੀ। ਸੋ ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ, ਅਪਲਾਈ ਖੁਸ਼ ਨੇ ਅੱਗੇ ਇਹਨਾਂ ਨੂੰ ਕੀਤਾ ਅਸੀਂ, ਤੇ ਥੋੜ੍ਹਾ ਬਹੁਤਾ ਇਹਨਾਂ ਦੇ ਕਹਿਣ ਤੇ ਕੀਤਾ, ਫਿਰ ਧਰਨੇ ਮੁਜ਼ਾਹਰੇ ਹੋਣ ਲੱਗ ਪੈਂਦੇ ਨੇ। ਸੋ ਇਸ ਕਰਕੇ ਇਹ ਸਿਸਟਮ ਜਿਹੜਾ ਅਸੀਂ ਪੂਰਾ ਕਰ ਲਈਏ, ਉਸ ਤੋਂ ਬਾਅਦ ਉਹਨਾਂ ਨੂੰ ਵੀ ਬੇਰੁਜ਼ਗਾਰ ਨਹੀਂ ਹੋਣ ਦਿਆਂਗੇ, ਉਹ ਵੀ ਸਾਡੇ ਪੰਜਾਬ ਦੇ ਬੱਚੇ ਨੇ, ਸਾਡੇ ਆਪਣੇ ਨੇ। ਸੋ ਇਸ ਕਰਕੇ ਅਸੀਂ ਕਿਸੇ ਨੂੰ ਵੀ ਸੀਐਮ ਸਾਹਿਬ ਚਾਹੁੰਦੇ ਨੇ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਸਾਰਿਆਂ ਨੂੰ ਰੁਜ਼ਗਾਰ ਮਿਲੇ। ਸੋ ਉਹਨਾਂ ਨੂੰ ਵੀ ਅਸੀਂ ਪੱਕਿਆ ਕਰਾਂਗੇ। ਅੱਜ ਫਿਰ ਮੀਟਿੰਗ ਕੀਤੀ ਆ, ਅਸੀਂ ਸਾਰੇ ਆਪਣੇ ਸਕੂਲਾਂ ਨੂੰ ਪ੍ਰਿੰਸੀਪਲ ਨੂੰ ਅਸੀਂ ਫੈਸਲਾ ਕਰ ਲਿਆ ਵੀ ਕੁਝ ਪੈਸੇ ਭੇਜ ਦਿੱਤੇ ਨੇ ਅਸੀਂ, 20 ਕਰੋੜ ਦੇ ਕਰੀਬ ਅਸੀਂ ਭੇਜਤਾ 2-3 ਡਿਸਟ੍ਰਿਕਟਾਂ ਲਈ, ਬਾਕੀ ਪੈਸੇ ਵੀ ਅੱਜ ਦਾ ਕੱਲ ਚ ਜਾ ਰਹੇ ਨੇ ਅੰਮ੍ਰਿਤਸਰ ਗੁਰਦਾਸਪੁਰ। ਹੋ ਜਾਏਗੀ ਜੀ, ਹੋ ਜਾਏਗੀ ਜੀ। ਉਹ ਮੈਂ ਵਾਅਦਾ ਜਿਹੜੇ ਵਾਅਦੇ ਅਸੀਂ ਕੀਤੇ ਨੇ ਉਹਨਾਂ ਵਾਅਦਿਆਂ ਤੋਂ ਅਸੀਂ ਇੱਧਰ ਉੱਧਰ ਨਹੀਂ ਹੋਣਾ, ਸਰਕਾਰ ਕਰੇਗੀ, ਅਸੀਂ ਜਨਵਰੀ ਤੋਂ ਕਰ ਰਹੇ ਹੁੰਦਾ। ਮੇਰੇ ਕੋਲ ਗੱਲ ਆ, ਸਰਕਾਰ ਚੱਲ ਰਹੀ, ਖਜ਼ਾਨਾ ਬਿਲਕੁਲ ਠੀਕ ਠਾਕ ਆ, ਕੋਈ ਗੱਲ ਨਹੀਂ। ਸਾਡੇ ਫਾਈਨਾਂਸ ਮਿਨਿਸਟਰ ਬੜੇ ਇੰਟੈਲੀਜੈਂਟ ਨੇ, ਮੁਸ਼ਕਲ ਕੋਈ ਨਹੀਂ ਆਉਣ ਦਿੰਦੇ ਉਹ। ਹੁਣ ਇੰਨਾ ਪੈਸਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ, 2 ਲੱਖ ਤੱਕ ਕੀਤਾ ਹੀ ਨਾ ਸਰਕਾਰ ਨੇ, ਸੀਐਮ ਸਾਹਿਬ ਨੇ ਕੀਤਾ ਨਾ, ਪੰਜਾਬ ਸਰਕਾਰ ਨੇ ਪੈਸੇ ਦਿੱਤੇ ਨੇ। ਵੇਖੋ ਗੱਲ ਆ, ਜੋ ਜੋ ਵਾਅਦੇ ਕੀਤੇ ਨੇ ਸਾਡੀ ਸਰਕਾਰ ਨੇ, ਜਿਸ ਤਰ੍ਹਾਂ ਮਰਜ਼ੀ ਸੀਐਮ ਸਾਹਿਬ ਕਰਨ, ਸਾਰੇ ਵਾਅਦੇ ਪੂਰੇ ਕਰਨੇ ਨੇ। ਆਹ ਵੇਖੋ ਅਸੀਂ ਹੁਣ ਕੱਢ ਰਹੇ, ਕੋਈ ਕੰਟੈਕਟ ਬੇਸ ਤੇ ਰੱਖੇ ਸੀਗੇ, ਹੁਣ ਭਾਵੇਂ ਪੰਜਾਬ ਨੂੰ ਵੰਡਣ ਸਾਰਾ ਪੈਣਾ, ਹੋਰ 2.5 ਸਾਲਾਂ ਬਾਅਦ ਸਾਨੂੰ 500-600 ਕਰੋੜ ਦਾ ਵੰਡਣ ਪੈਣਾ ਸਰਕਾਰ ਨੂੰ ਇਹਨਾਂ ਟੀਚਰਾਂ ਦਾ। ਤੇ ਅਸੀਂ ਕੱਢ ਥੋੜਾ ਦਿੱਤੇ ਨੇ ਕੰਟੈਕਟ ਬੇਸ ਵਾਲੇ, ਰੱਖੇ ਹੀ ਆ ਨਾ ਸੀਐਮ ਸਾਹਿਬ ਨੇ ਵੀ ਨਹੀਂ ਬੇਰੁਜ਼ਗਾਰ ਨੀ ਕਰਨਾ ਉਹਨਾਂ ਨੂੰ, ਰੁਜ਼ਗਾਰ ਦੇਣਾ ਬੱਚਿਆਂ ਦੇ ਵਰਦੀਆਂ ਦਾ ਮਸਲਾ ਆ ਗਿਆ ਸੈਂਟਰ ਵਿੱਚ ਸ਼ੇਅਰ ਕਰ ਲੈਣਾ। ਸਾਰਾ ਕੁਛ ਦੇਣਾ ਅਸੀਂ ਬੱਚਿਆਂ ਨੂੰ, ਹੁਣ 600 ਰੁਪਇਆ ਕਰਤਾ ਜੀ, 400 ਵਧਾ ਕੇ 600 ਕਰਤਾ, ਅਗਲੇ ਸਾਲ ਜੇ ਹੋਰ ਵਧਾਉਣਾ ਪਏਗਾ ਹੋਰ ਵਧਾਵਾਂਗੇ ਅਸੀਂ। ਸੋ ਇਸ ਕਰਕੇ ਫਿਕਰ ਨਾ ਕਰੋ ਤੁਸੀਂ, ਸਾਡੀ ਸੋਚ ਜਿਹੜੀ ਆ ਉਹ ਪੋਜ਼ਿਟਿਵ ਆ, ਬੱਚੇ ਸਾਡੇ ਨੇ ਪੰਜਾਬ ਦੇ, ਅਸੀਂ 400 ਤੋਂ ਜੋੜਾ ਕਰਤਾ ਜੀ। ਵੇਖੋ ਲੋਕ ਹਾਈਕੋਰਟ ਚ ਜਾਣਾ, ਵੇਖੋ ਉਹ ਵੀ ਕੋਰਟਸ ਨੇ, ਹੁਣ ਕੋਰਟਸ ਨੇ ਬਚਾ ਸਕਦਾ, ਡੈਮੋਕਰੇਸੀ ਆ, ਹਰ ਕਾਨੂੰਨ ਅਧਿਕਾਰ ਆ, ਪਰ ਅਸੀਂ ਪਹਿਲਾਂ ਹੀ ਕਰਤਾ ਜੀ। ਇਹ 600 ਰੁਪਇਆ ਹੋਣੇ ਇਹਦੇ ਹੁਣ ਹਾਈਕੋਰਟ ਚ ਗਏ ਨੇ, ਅਸੀਂ ਤੇ 3 ਮਹੀਨੇ ਪਹਿਲਾਂ ਕਰਤਾ 600, 3 ਮਹੀਨੇ ਪਹਿਲਾਂ 600। ਵੇਖੋ ਮੇਰਾ ਮੈਂ ਜਦੋਂ ਕੋਈ ਕਮੈਂਟਸ ਨਹੀਂ ਕਰਨਾ, ਇਹ ਸੀਐਮ ਸਾਹਿਬ ਕਹਿ ਸਕਦੇ ਨੇ ਜੀ, ਉਹ ਸਾਡੇ ਬੌਸ ਨੇ, ਉਹਨਾਂ ਨਾਲ ਉਹਨਾਂ ਨੂੰ ਪੁੱਛ ਲਿਓ। ਸੋ ਮੇਰੇ ਕੋਲ ਕੋਈ ਸਵਾਲ ਮੇਰੇ ਮਹਿਕਮੇ ਦਾ ਪੁੱਛਣਾ, ਮੈਂ ਤਿਆਰ ਬੈਠਾ, ਜਿਹੜਾ ਮਰਜ਼ੀ ਪੁੱਛ ਸਕਦਾ। ਵੇਖੋ ਗੱਲ ਆ, ਇਹੋ ਜਿਹੀ ਕੋਈ ਗੱਲ ਨਹੀਂ, ਮੇਰੇ ਵੀ ਸੁਣਨ ਚ ਆਇਆ, ਸਾਨੂੰ ਵੇਖੋ ਸੁਣਨ ਚ ਆਇਆ। ਵੇਖੋ ਇਹ ਇਲੈਕਸ਼ਨ ਕਮਿਸ਼ਨ ਨੇ ਵੇਖਣਾ, ਉਹਨਾਂ ਦੀ ਟੀਮ ਨੇ ਵੇਖਣਾ, ਉਹ ਵੇਖਣ, ਸਾਨੂੰ ਕੋਈ ਇਤਰਾਜ਼ ਨਹੀਂ ਸਰਕਾਰ ਨੂੰ, ਜਿਵੇਂ ਜਾਂ ਕੋਈ ਧੱਕਾ ਹੁੰਦਾ ਬੰਦ ਹੋਣਾ ਚਾਹੀਦਾ, ਹਰ ਇੱਕ ਨੂੰ ਡੈਮੋਕਰੇਸੀ ਆ, ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਆ, ਹਰ ਇੱਕ ਨੂੰ ਹੋਣਾ ਚਾਹੀਦਾ। ਸ਼ਿਕਾਇਤਾਂ ਸਾਨੂੰ ਵੀ ਮੈਨੂੰ ਵੀ ਟੈਲੀਫੋਨ ਆਏ ਨੇ, ਸੋ ਮੈਂ ਵੀ ਉੱਥੇ ਕਿਹਾ, DC ਨੂੰ ਕਿਹਾ ਵੀ ਬਿਲਕੁਲ ਫੇਅਰ ਇਲੈਕਸ਼ਨ ਕਰਾਓ, ਕੋਈ ਇਹੋ ਜਿਹੀ ਮੁਸ਼ਕਲ ਜਿਹੜੀ ਆ ਕਿਸੇ ਨੂੰ ਵੀ ਨਾ ਆਵੇ, ਚਾਹੇ ਉਹ ਕਿਸੇ ਪਾਰਟੀ ਨਾਲ ਰਿਲੇਟਡ ਆ, ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਆ। ਸੀਐਮ ਸਾਹਿਬ ਦੀ ਵੀ ਇਹੋ ਸੋਚ ਆ, ਅਸੀਂ ਤਾਂ ਨਾ ਕਾਰਪੋਰੇਸ਼ਨਾਂ 'ਚ ਨਾ ਕਮੇਟੀਆਂ 'ਚ, ਤੁਸੀਂ ਪਹਿਲਾਂ ਵੇਖੋ ਕੋਈ ਇਹੋ ਜਿਹਾ ਕੋਈ ਗੱਲ ਹੋਈ ਨਹੀਂ, ਹਰ ਇੱਕ ਨੇ ਹਰ ਪਾਰਟੀ ਨੇ। ਸੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ। IVR ਦੇ DC ਨੂੰ ਕਹਿਤਾ, ਮੈਂ ਵੀ ਕਿਹਾ, ਅੱਜ ਮੈਨੂੰ ਵੀ ਮੇਰੇ ਇਲਾਕੇ 'ਚ ਆਈਆਂ ਸੀ ਸ਼ਿਕਾਇਤਾਂ ਵੀ ਆਹ ਮੁਸ਼ਕਲ ਆ ਰਹੀ ਹੈ, ਚੁੱਲ੍ਹਾ ਮੁਸ਼ਕਲ ਆ ਰਹੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਸਭ ਠੀਕ ਹੋ ਗਿਆ। ਠੀਕ ਹੈ।